ਉਂਝ ਕਈ ਬੜੇ ਅੰਤਰੇ ਹੁੰਦੇ ਨੇ, ਕਈ ਮੁੰਡਿਆਂ ਦੀ ਮੁੰਡੀ 20 ਸਾਲ ਉਮਰ ਹੁੰਦੀ ਹੈ ਅਤੇ ਮੋਟਰਸਾਈਕਲ ਦੀ ਲਾਈਟ ਮਗਰ ਲਿਖ ਲੈਂਦੇ ਨੇ, ਜਾਨੂੰ ਤੇਰੇ ਮਗਰ ਰੋਲ 'ਤੇ ਗਏ ਪਰ ਚੱਸ ਬੜੀ ਆਈ ਹੈ, ਲੈ ਬਗੈਰ ਤੈ ਤੈਨੂੰ ਰੁਲਣ ਦੀ ਵੀ ਚੱਸ ਆ ਰਹੀ ਹੈ, ਤੂੰ ਕਿਹਦੇ ਮਗਰ ਰੁਲਿਆ, ਤੇਰੇ ਬਾਪ ਨੇ ਹਲਾਲ ਦਾ ਪੈਸਾ ਦਿੱਤਾ ਹੈ, ਤੂੰ ਹਰਾਮਦਿਆਂ ਕੰਮਾਂ 'ਤੇ ਖਰਚ ਕਰ ਰਿਹਾ, ਤੇਰੇ ਬਾਪ ਨੇ ਹਲਾਲ 'ਤੇ ਪੈਸੇ ਲਾ ਕੇ ਮੋਟਰਸਾਈਕਲ ਖਰੀਦੀ ਅਤੇ ਤੂੰ ਗੰਦੇ ਲਫਜ਼ ਲਿਖ ਰਿਹਾ, ਤੇਰੀ ਮਾਂ ਕੀ ਸੋਚਦੀ ਹੋਏਗੀ ਕਿ ਇਹਨੂੰ ਮੈਂ ਕਾਹਦੇ ਲਈ ਜੰਮਿਆ, ਭੈਣਾਂ ਕੀ ਸੋਚਦੀਆਂ ਹੋਣਗੀਆਂ ਸਾਡਾ ਭਰਾ ਕਿਹਦੇ ਮਗਰ ਰੁਲਦਾ ਫਿਰਦਾ, ਨਾ ਲਿਖਿਆ ਕਰੋ ਐਸੀਆਂ ਬਾਤਾਂ, ਕਈ ਮੁੰਡੇ ਬਾਹਾਂ 'ਤੇ ਲਿਖੀ ਫਿਰਦੇ ਨੇ ਬਲੇਟ, ਨਾ ਅੱਲਾ ਨਾ ਕਰੇ ਭਾਈ ਵਿਕਾਸ ਵਾਕੂ ਜਵਾਨੀ 'ਚ ਬੰਦਾ ਚਲੇ ਜਾਏ ਅਤੇ ਕਬਰ ਜਦੋਂ ਫਰਿਸ਼ਤੇ ਆਣ ਕੇ ਆਖਣ ਮੈਂ ਰੱਬੂ ਕਾ, ਅਤੇ ਜਦੋਂ ਇਹਦੀ ਕਲਾਈ ਵੇਖਣੀ ਤਾਂ ਉਹਨਾਂ ਆਖਣਾ ਇਹਦਾ ਕੀ ਹਿਸਾਬ ਲਾਣਾ, ਇੰਟਰਨੈਸ਼ਨਲ ਬਗੈਰਤਾ ਆਇਆ ਹੈ। ਨਹੀਂ ਗੱਲ ਸੱਚੀ, ਹੱਸਣ ਵਾਲੀ ਤਾਂ ਗੱਲ ਹੀ ਨਹੀਂ, ਹੁਣ ਆਖਣਾ ਇਹ ਤਾਂ ਮੋਹਰ ਲਵਾ ਕੇ ਆਇਆ ਬਗੈਰਤੀ ਦੀ, ਜਿਹਾ ਨਹੀਂ ਅਤੇ ਸਾਡੀਆਂ ਮੁਸੀਬਤਾਂ ਵਾਲੇ ਬੜੇ ਅੰਤਰੇ ਨੇ, ਕੋਈ ਸਫੀਰ ਦੂਜੇ ਹਫ਼ਤੇ ਆ ਜਾਣਾ, ਉਹ ਕੱਲ੍ਹ ਅਜੇ ਤੈਨੂੰ ਦਿੱਤਾ ਤੂੰ ਕਿੱਥੇ ਲਾਈ ਆਉਂਦਾ, ਵੀ ਉਹਨੇ ਅੱਲਾ ਦੇ ਘਰ 'ਚ ਅਪੀਲ ਕੀਤੀ ਭਾਵੇਂ ਰੋਜ਼ ਕਰੀ ਜਾਏ, ਉਹ ਗੈਰ ਮੁਸਲਿਮ ਈਸਾਈ ਹੋ ਕੇ, ਈਸਾਈ ਹੋ ਕੇ ਗੈਰ ਮੁਸਲਿਮ ਅੱਠਾਂ ਬੂਹਿਆਂ ਤੋਂ ਖੈਰ ਪਾਏ ਅਤੇ ਉਹਨੇ ਕਦੀ ਸ਼ਿਕਵਾ ਨਹੀਂ ਕੀਤਾ ਸੀ ਵੀ ਤੂੰ ਸੱਤਾਂ ਤੋਂ ਮੰਗਿਆ ਤੂੰ ਅੱਠਵੇਂ 'ਤੇ ਵੀ ਆ ਗਿਆ, ਅਤੇ ਸਾਡੇ ਕੋਲ ਤਾਂ ਆ ਦੂਜੀ ਨਮਾਜ਼ 'ਤੇ ਕੋਈ ਸਪੀਰ ਆ ਜਾਏ ਨਾ ਅਤੇ ਜਿਹੜੇ ਕੱਖ ਨਹੀਂ ਨਾ ਦੇਣਾ ਹੁੰਦਾ ਉਹ ਛੂਮ ਆਉਂਦਾ, ਉਹ ਇਹਨਾਂ ਨੇ ਮੰਗਣ ਦਾ ਢੰਗ ਬਣਾਇਆ, ਤਾਂ ਤੂੰ ਅੱਜ ਕੱਲ੍ਹ ਸੋਨੇ ਦੀਆਂ ਇੱਟਾਂ ਦਿੱਤੀਆਂ ਨੇ ਮਸੀਤ 'ਤੇ, ਤੂੰ ਮੇਰੀਆਂ ਗੱਲਾਂ ਹੀ ਕਰਨ ਜੋਗਾ ਨਹੀਂ, ਸੱਚੀ ਗੱਲ। ਮੈਂ ਤਾਂ ਹਰ ਇੱਕ ਦੀ ਲੰਬ ਲਾਉਂਦਾ ਰਹਿੰਦਾ ਤਾਂ ਕਿ ਲੋਕ ਸਿੱਧੇ ਹੋ ਜਾਣ, ਮੁਆਸ਼ਰੇ 'ਤੇ ਬੋਲਣਾ ਹੈ, ਜਿਹੜੀ ਹਦੀਸ ਬਿਆਨ ਕਰਾਂ ਉਹਦੇ 'ਚ ਮੈਂ ਮੁਆਸ਼ਰੇ ਦੀਆਂ ਕਈ ਕਈ ਬੁਰਾਈਆਂ ਲੋਕਾਂ ਨੂੰ ਨੋਟ ਕਰਾਉਂਦਾ ਕਿ ਆਹ ਵੀ ਆਪਣੇ 'ਚ ਵੱਟ ਕੱਢ ਲਓ, ਆਹ ਵੀ ਵੱਟ ਕੱਢ ਲਓ, ਨਹੀਂ ਤਾਂ ਫਰਿਸ਼ਤਿਆਂ ਤੁਹਾਡੇ ਕਬਰ 'ਚ ਵੱਟ ਕੱਢ ਦੇਣ, ਹਾਂ ਲੱਗ ਪਤਾ ਜਾਣਾ ਉੱਥੇ ਜਾਂ ਰਾਹ ਪਿਆ ਜਾਣਾ ਜਾਂ ਵਾਹ ਪਿਆ ਜਾਣਾ। ਮੈਨੂੰ ਇੱਕ ਬਾਬਾ ਆਂਦਾ ਮੌਲਵੀ ਜੀ ਉੱਥੇ ਵੱਟ ਨਿਕਲਣੇ, ਮੈਂ ਜਾ ਕੇ ਵੇਖ ਲਾ, ਮੈਂ ਜਿਹੜਾ ਬੰਦਾ ਗਲਤ ਕੰਮ ਕਰਕੇ ਜਾਊ ਉਹਦੇ ਵੱਟ ਨਿਕਲਣੇ, ਜਿਹੜਾ ਇੱਥੇ ਇਸਤਰੀ ਕਰਕੇ ਜਾਏਗਾ ਨਾ ਅੱਲਾ ਇਨਸ਼ਾਅੱਲਾ ਸਿੱਧੇ ਰਸਤੇ ਕਰ ਦੇਵੇਗਾ, ਹਾਂ ਅੱਲਾ ਸਾਰੀਆਂ ਮੰਜ਼ਲਾਂ ਸਾਨ ਕਰ ਦੇਵੇਗਾ। ਕਿੰਨੇ ਬੰਦੇ ਵਾਅਦਾ ਕਰਦੇ ਨੇ ਕਿ ਘਰ 'ਚ ਚਾਹ ਵੀ ਪੀਣ ਲੱਗਾਂਗਾ ਅਤੇ ਨੀਯਤ ਕਰਾਂਗਾ ਯਾ ਅੱਲਾ ਮੇਰੇ ਪੀਣ ਤੋਂ ਪਹਿਲਾਂ ਕੋਈ ਬੇਲੀ ਆ ਜਾਵੇ ਅਤੇ ਮੈਂ ਅੱਧੀ ਉਹਨੂੰ ਪਿਆਵਾਂ ਅੱਧੀ ਆਪ ਪੀਵਾਂਗਾ, ਕਰੋ ਹਾਂ ਵਾਅਦਾ ਜ਼ਰਾ। ਮਾਸ਼ ਅੱਜ ਮੇਰੇ ਭਾਈਆਂ ਖਾਣਾ ਪਕਾਇਆ, ਦਿਲ ਰੂਹ ਰਾਜ਼ੀ ਹੋ ਗਿਆ, ਨਹੀਂ ਖਾਣਾ ਤਾਂ ਅਸੀਂ ਰੋਜ਼ ਖਾਣਾ ਹੁੰਦਾ, ਇੰਨੇ ਬੰਦੇ ਸਨ ਨਾ ਵੀ ਉਹ ਖਾਣਾ 100 ਕੋਲੋਂ ਵੀ ਨਹੀਂ ਮੁੱਕਦਾ, ਅਤੇ ਸੇਰ ਟੋਕਰੀ 'ਚ ਪਿਆ ਸੀ ਮੈਂ ਹੀ ਫੜਿਆ, ਹੋਰ ਕਿਸੇ ਹੱਥ ਵੀ ਨਹੀਂ ਲਾਇਆ, ਅਤੇ ਹੋਰ ਕੋਈ ਹੁੰਦਾ ਬੰਦੇ ਵੇਖ ਕੇ ਉਹਨੇ ਟੋਕਰੀ ਲਗਾ ਦੇਣੀ ਸੀ ਅੱਜ ਵੀ ਇਹ ਤਾਂ ਸਾਰੀ ਮੁੱਕ ਜਾਣੇ ਨੇ। ਅੱਲਾ ਅੱਲਾ ਇਹਨਾਂ ਦੇ ਕਾਰੋਬਾਰ 'ਚ ਬਰਕਤ ਪਾਇਆ। ਫਿਰ ਵਾਅਦਾ ਕਰੋ ਕਿ ਜਦੋਂ ਘਰ 'ਚ ਚੰਗੀ ਚੀਜ਼ ਪੱਕੇ ਗੋਸ਼ਤ, ਅਤੇ ਨੀਯਤ ਕਰਨੀ ਯਾ ਅੱਲਾ ਇਹਦੇ ਵਿੱਚੋਂ ਕਿਸੇ ਗਰੀਬ ਨੂੰ ਹਿੱਸਾ ਜ਼ਰੂਰ ਜਾਵੇ, ਕਰੋ ਹਾਂ ਹੱਥ ਖੜੇ ਕਰੋ, ਮੈਨੂੰ ਪਤਾ ਮਾਸ਼ਾ ਸਾਡੇ ਘਰ ਜਿੱਦਣ ਗੋਸ਼ਤ ਪੱਕਾ ਵੇ ਅਸੀਂ ਕੁੰਡਾ ਮਾਰ ਲੈਂਦੇ ਕੋਈ ਅੰਦਰ ਨਾ ਆ ਜਾਏ, ਸਾਡੇ ਮੁਸਲਮਾਨ ਇੰਜ ਦੇਣ। ਅੱਲਾ ਹਦਾਇਤ ਨਸੀਬ ਫਰਮਾਏ, ਪੁੱਤਰ ਤੂੰ ਇੱਧਰ ਤਾਰੇ ਸਿੱਧੇ ਹੋ ਕੇ ਬੈਗ ਤਕਰੀਸ, ਖੋਤਾ ਕਟਿੰਗ, ਤੇਰੀ ਕਟਿੰਗ ਕਿੱਡੀ ਸੋਹਣੀ, ਤੇਰੇ ਅੱਬੇ ਨੂੰ ਸਵਾਬ ਮਿਲੇਗਾ ਤੇਰੀ ਕਟਿੰਗ ਦਾ। ਅਰਜ਼ ਕਰਨਾ ਤਵੱਜੋ ਮੇਰੇ ਵੱਲ ਰੱਖਣੀ, ਇਮਾਨਤਾ ਦਾ ਜੰਮ ਮੁੱਕਾ ਨਹੀਂ, ਤੂੰ ਕਟਿੰਗ ਖੋਤਾ ਕਰਾਉਂਦਾ ਪਿਆ ਘੁਮਿਆਰ ਜਿਵੇਂ ਖੋਤੇ ਮੁੰਦੇ ਨੇ, ਨਾ ਇੰਜ ਕਰਿਆ ਕਰ ਅੱਲਾ ਜਾਣਦਾ ਹਯਾ ਕਰਿਆ ਕਰੋ, ਇੰਜ ਦੀ ਕਟਿੰਗ ਨਾ ਪੁੱਤਰੋ ਕਰਾਓ ਜੰਮ ਮੁੱਕੇ ਨਹੀਂ, ਜੇ ਇੱਧਰ ਧਿਆਨ ਕਰ ਤੂੰ ਵੀ ਵੇਖ ਤੇਰੀ ਵੀ ਖੋਤਾ ਕਟਿੰਗ ਹੈ, ਦੇ ਦੋਵੇਂ ਮੇਰੇ ਅੱਗੇ ਬਹਾ ਦਿੱਤੇ ਜੇ ਜਰਾ ਤਵੱਜੋ ਨਾਲ ਗੁਫਤਗੂ ਸੁਣਨੀ ਹੈ, ਇੱਕ ਨੂੰ ਮੈਂ ਝਿੜਕਿਆ ਦੂਜਾ ਤਿਆਰ ਹੋ ਗਿਆ, ਧਿਆਨ ਕਰ ਹੁਣ ਗੁਫਤਗੂ ਸੁਣਨੀ ਹੈ, ਐਟਮਾਂ ਮੇਰੇ ਅੱਗੇ ਬਾਤੀਆਂ ਜੇ ਪੁੱਤਰੋ ਸਿੱਧੇ ਹੋ ਜਾਓ, ਨਾ ਇੰਜ ਕਰਿਆ ਕਰੋ ਜੇ ਜੰਮ ਮੁੱਕੇ ਨਹੀਂ, ਜੇ ਕਹਿੰਦੀਆਂ ਕੱਢਣਾ ਕਰਾਉਂਦੇ ਜੇ ਨਾ ਨੀਲਾ ਹਵਾਈਨਾ, ਫਿਰ ਆਪਣੇ ਅੱਬੇ ਨੂੰ ਆਖੋਗੇ ਮੈਨੂੰ ਟੱਚ ਮੋਬਾਈਲ ਲੈ ਦੇ, ਫਿਰ ਇਹ ਕਹੋਗੇ ਅੱਲਾ ਜਾਣਦਾ ਹੈ ਸੱਤ ਸੱਤ ਸਾਲ ਦੇ ਬੱਚੇ, ਪੰਜ ਪੰਜ ਸਾਲ ਦੇ ਬੱਚੇ ਟੱਚ ਮੋਬਾਈਲ ਚਲਾਈ ਫਿਰਦੇ ਨੇ, ਨਾ ਲੈ ਕੇ ਦਵੋ ਜ਼ਰਾ ਤਵੱਜੋ ਮੇਰੇ ਵੱਲ, ਤੇਰੇ ਕਿਚਨ 'ਤੇ 5 ਲੱਖ ਲੱਗਾ, ਲੈਟਰੀਨ 'ਤੇ 6 ਲੱਖ ਲੱਗਾ ਹੈ, ਫੜ ਫੜ ਕੇ ਵਿਖਾਉਂਦਾ। ਮੈਂ ਇੱਕ ਜਗ੍ਹਾ ਤਬਲੀਗ ਕਰਨ ਗਿਆ, ਉਹ ਬੰਦੇ ਨੇ ਮੈਨੂੰ ਬਾਹੋਂ ਫੜਿਆ, ਮੈਂ ਖੈਰ ਮੌਲੀ ਜੀ ਉਰਾਓ, ਉਹ ਲੈਟਰੀਨ ਦਾ ਬੂਹਾ ਖੋਲ੍ਹ ਕਹਿੰਦਾ ਵੇਖੋ, ਮੈਂ ਲਾਣਤ ਤੇਰੇ 'ਤੇ, ਮੈਨੂੰ ਲੈਟਰੀਨ ਹੀ ਵਿਖਾਉਣੀ ਸੀ ਵੱਲ, ਮੈਂ ਬਸ਼ਰਮਾ, ਮੈਂ ਆਖਿਆ ਖਰੇ ਕੋਈ ਜਾਨਮਾਜ ਵਾਲੀ ਜਗ੍ਹਾ ਵਿਖਾਉਣ ਲੱਗਾ ਵੀ ਆ, ਮੈਂ ਘਰ 'ਚ ਨਿੱਕੀ ਜਿਹੀ ਮਸੀਤ ਬਣਾਈ ਹੈ, ਤੂੰ ਮੈਨੂੰ ਲੈਟਰੀਨ ਵਿਖਾਉਣ ਲੱਗਾ। ਅੱਲਾ ਅੱਲਾ ਹਦਾਇਤ ਨਸੀਬ ਫਰਮਾਏ। ਮੈਂ ਕਿਹਾ ਕਾਹਦੇ ਲਈ ਵਿਖਾਈ ਹੋ, ਮੈਂ ਗੁੱਸੇ ਨਾਲ ਰੋਟੀ ਨਾ ਖਾਧੀ, ਕਹਿੰਦਾ ਭੁੱਖ ਲ, ਮੈਂ ਲੈ ਗਈ ਮੇਰੀ ਭੁੱਖ ਹੈ, ਮੈਂ ਕਿਹਾ ਲੈ ਗਈ, ਕਹਿੰਦਾ ਮੌਲੀ ਜੀ ਮੇਰੇ ਕੋਲ ਗਲਤੀ ਹੋ ਗਈ, ਮੈਂ ਚੱਲ ਕੋਈ ਗੱਲ ਨਹੀਂ, ਕਹਿੰਦਾ ਹੁਣ ਖਾ ਲਓ, ਮੈਂ ਕਿਹਾ ਪਹਿਲਾਂ ਗੱਸ ਲੈਟਰੀਨ 'ਤੇ ਕਿੰਨੇ ਪੈਸੇ ਲੱਗੇ, ਕਹਿੰਦਾ ਇਹ ਤਾਂ 5-6 ਲੱਖ, ਪੁੱਤਰ ਮੋਬਾਈਲ ਛੋੜ ਚੰਨ ਇੱਧਰ ਤਵੱਜੋ ਮੇਰੇ, ਹਾਂ ਬੜੀ ਕੀਮਤੀ ਉਹ ਜਨਾਬ, ਮੈਂ ਪੁੱਛਿਆ ਵੀ ਕਿੰਨੇ, ਇਹ 6 ਕੁ ਲੱਖ ਰੁਪਈਆ ਲੱਗ ਗਿਆ, ਇਹ ਟੈਲ ਇਟਲੀ 'ਚ ਮੰਗਾਈ ਹੈ, ਇਟਲੀ 'ਚ, ਇਟਲੀ
हैं, मैं बड़ा औखा होके कवे इटली चो, मैं हाँ ठीक है। मैं क्या तेरी भैन का घर किस तरह का है? वो तो टीयर गाडर पै, तो मैं क्या 6 लाख तेरे गले का फाह बन जाना। अल्लाह ने कहना सी लैटरीन तो तेरी 50,000 च भी बन जानी सी, भैन की छत पा दिता, मैं कवर तो लेंटर पा देना सी, बुलट प्रूफ कवर बना देनी सी, ना कोई छूआ आना सी, ते ना कोई जिन आना सी, ना भूत आना सी, ना कोई फरिश्ता आना सी जिन्हें तेनों कोई गुरज गर्ज मारनी सी, तू अपनी भैन दे घर की छत पानी सी, मैं तेरे ते रहम खा के तेरी कबर ही सुखी बना देनी सी। ते मैं कहा तू आ चलिया कम की किया? कहिंदा मौलवी जी ये पहले तुसी जे जिन्हें मैनू एक गल कही, नहीं तो जेड़ा आउंदा सी लैटरीन वेख के आंदा भुख लै गई। अल्लाह हदायत नसीब फरमाए, अल्लाह हदायत नसीब। और लैटरीना वेख के भी भुख लेंदी है, जिन्हें वेखी ना आंदा भुख लै गई है। मदीने दे अंसारियां ने बैंक बैलेंस वंड लै, मकान वंड लै, दुकाना वंड लियाँ, तो साढ़े दुकान वाले एडे अमतरे ने सैकल खिलार के सौदा लैन लगी है, और पगली दुकान तो होते अगे खिलार वो बोलो हैं जी है ना। हालां सड़क दुकानदार की नहीं होंगी, वो गाहक की होंगी है, राही की होंगी, दुकान शटर तो अंदर होंगी है, तो जी राह हों सब की पब्लिक प्राप्ति होंगी है। पर साडे दुकान वाले एडे बेसबरे ने कोई खाली मोटरसाइकिल लाने लगे ना, आने मुंडे आते हैं धक्का मार के थले सुट दे, तो जे अल्लाह ने धक्का मारता तेनू तो दस तेरे पल्ले की रवेगा, वो तो गरीब बेचारा चुक के तुर पवेगा। इंज दियां गल्लां मौलवी घट दसते ने। अल्लाह जानदा मैं अज इन्ना कोपरेशन करके जाना ढेसियाँ तो इंशाला पूरा मुसलमान हो जाएगा ना इंशाला, तो जो ढेसियाँ सीधा सारा मुसलमान हो गया ना तो पूरे पिंड ही इनकलाब आ जाना, क्योंकि सब तो वड्डा पिंड जड़ा आने का ढेसियाँ ही यही है ना। हाँ तो मैं तुहानू अज वादा लैना जिहड़ियां गल्लां मैं कर रहा अपने ते नाफज भी करोगे ना इंशाला, हाथ खड़े करके वादा करो जरा मैनू पता लगे। अल्लाह यादियाँ मानो इंशाला। चलो मैं इतने तुम मिसाल देना है, गाहक आया हो रोटी टिफिन वाली खोल लो, हो सकता है तेरी रोटी च कदी बरकत ना होवे, ते ओ वली अल्लाह खलोता होवे गाहक, ते तेरे नाल इक लुकमा ला ले ते रब सारी जिंदगी दी खैर पा देवे। क्यों आंदे ने साक मिलदे आंदे राह वगदे आंदे खूह गिड़दे आंदे, ते वगदे आ खूहां नूं कदी घाटा नहीं पिया। चलो नलका लवा लो ढेसियां दी नुक्कर ते जाड़ च, जाड़ समझदे जिथे कोई बंदा पानी पूनी ना पीवे, ते जहाज जिहड़ा है वो जनाब जी आएगा उन्हें वेखना नलका चलता नहीं, पानी डिगा बोकी डिगी नलका हथी जहाज लै जानी है, बोलो पैप भी पुट के लै जाने, तो जे लगा वे ढेसियाँ दे इत्थे चौक च पानी गिड़ेगा लोग पीणगे बहुता ठंडा होगा मिठा हो जाएगा, गिड़ गिड़ के नलका कभी पानी जनाब बेला डिगेगा भी नहीं, चोरी भी नहीं होगा। यदा मतलब है नलका ज़्यादा गिड़े तो पानी मिठा भी हुंदा है, तो खारा भी नहीं हुंदा, तो डिगदी भी नहीं बोकी, तो नलका चोरी भी नहीं हुंदा। चलिया तेरे घरों को बर्फ़ लैना अजे तो तू आना साड़ी बर्फ कल दी जनाब मुक्की पई, अं तो फ्रिज साफ की बेच कोल किली वड़ गई सी, तुहानू कोल नहीं चलिया उहनू चल गया है। हैं एक बर्फ का कौला तो तू ना रखाया मुसलमान, ते मसाला देंदे ने जी उन्होंने मशक च पानी भरिया, तो एक नू पियाया उन्हें कह नहीं, अगले नू पिया उन्हें कह नहीं, अगले नू पिया उन्हें कह नहीं, अगले नू पिया, वह पंजवें तक गया तो फिर उन्हें कहा आखिरी नू पिया, तो आखिरी तक आया तो सारे ही अल्लाह नू प्यारे हो गए, तो नारे मारते सुभान अल्लाह, नारा तकबीर, अजमत सियाबा, चलो जी जलसा पूरा हो गया। उन्हां पंजां ने कुरबानी दे के एक ने भी नहीं पीता, उन्हें कहा वह नू पिया, उन्हें कहा उन्हू पिया, तो चलिया तेरे ते लागे मीटर कटिया जाए ना भरा का, तू आके तार दई हूँ मेरा भी कटाऊ है, तू तो उन्हें तारधारी नहीं दिता, तो फिर किस तरह के मुसलमान जे तुसीं।